ਸਾਸ਼ਕਲ ਦੋਸਤੋ ਸਵਾਗਤ ਹੈ ਏਸੀਜੀਸੀ ਟੀਵੀ ਤੇ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਦੇ ਅੰਡਰ ਆਉਂਦੇ ਜਿਹੜੇ ਜਿੰਨੇ ਵੀ ਇੰਸਟੀਟਿਊਸ਼ਨ ਨੇ ਸਾਡੇ ਆਨਰੇਰੀ ਸੈਕਟਰੀ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸ਼ੀਨਾ ਦੇ ਅੰਡਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਸੋ ਅੱਜ ਅਸੀਂ ਗੱਲ ਕਰਾਂਗੇ ਸਾਡੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਬੁਆਇਜ਼ ਜਿਹੜਾ ਕਿ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਣੀ ਦੇ ਅੰਡਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਤੇ ਅੱਜ ਦੀ ਖਾਸ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਹਨਾਂ ਮੁੰਡਿਆਂ ਨੇ ਇਸ ਕਾਲਜ ਦੇ ਵਿਦਿਆਰਥੀਆਂ ਨੇ ਜਿਹੜੀਆਂ ਸਕੂਲ ਪੱਧਰ ਤੇ ਖੇਡਾਂ ਹੋਈਆਂ ਨੇ ਅੰਡਰ 14 17 ਤੇ 19 ਉਹਨਾਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਖੇਡਾਂ ਦੇ ਵਿੱਚ ਜਿਵੇਂ ਕਿ ਸੌਫਟ ਬਾਲ ਵਾਲੀਬਾਲ ਤਲਵਾਰਬਾਜ਼ੀ ਗੱਤਕਾ ਤੇ ਜੂਡੋ ਕਰਾਟੇ ਹੋਰ ਵੀ ਬਹੁਤ ਸਾਰੀਆਂ ਗੇਮਾਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੇ ਦੂਜੇ ਤੀਜੇ ਸਥਾਨ ਤੇ ਜਿਹੜੇ ਨੇ ਇਹਨਾਂ ਨੇ ਹਾਸਲ ਕੀਤੇ ਨੇ ਪੋਜੀਸ਼ਨਾਂ ਲਈਆਂ ਨੇ ਟਰੋਫੀਜ਼ ਲਈਆਂ ਨੇ ਸੋ ਆਓ ਦਿਖਾਉਂਦੇ ਆ ਅਸੀਂ ਕਿ ਬੱਚਿਆਂ ਨੇ ਕਿਹੜਾ-ਕਿਹੜਾ ਸਥਾਨ ਜਿਹੜਾ ਹਾਸਲ ਕਰਕੇ ਤੇ ਆਪਣੇ ਸਕੂਲ ਦਾ ਆਪਣੇ ਪ੍ਰਿੰਸੀਪਲਸ ਦਾ ਆਪਣੇ ਪੇਰੈਂਟਸ ਦਾ ਨਾਮ ਜਿਹੜਾ ਹੈ ਕਿੱਦਾਂ-ਕਿੱਦਾਂ ਰੋਸ਼ਨ ਕੀਤਾ ਹੈ ਇਹ ਜੋ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਹੋਏ ਆ ਇਹਦੇ ਵਿੱਚ ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਅੰਡਰ 14 17 19 ਆਈਆਂ ਕਿਉਂਕਿ ਸਾਡੀ ਇਹ ਸੰਸਥਾ ਜਿਹੜੀ ਹੈ ਇਹ ਸਪੋਰਟਸ ਕਰਕੇ ਇੱਕ ਆਪਣੀ ਵਿਸ਼ੇਸ਼ ਮਹਾਨਤਾ ਰੱਖਦੀ ਹੈ 130 ਸਾਲ ਪੁਰਾਣੀ ਸੰਸਥਾ ਜਿੱਤੇ 25-26 ਜਿਹੜੀ ਆ ਕੈਟਾਗਰੀ ਦੇ ਵਿੱਚ ਗੇਮਸ ਹੈਗੀਆਂ ਨੇ ਤਾਂ ਬਾਹਰੋਂ ਵੀ 14-15 ਕੋਚ ਜਿਹੜੇ ਟ੍ਰੇਨਿੰਗ ਲਈ ਆਉਂਦੇ ਨੇ ਸਾਡੇ ਡੀ ਜੀ ਸਾਹਿਬ ਸਰ ਰਣਕੀਰ ਸਿੰਘ ਪੂਰੀ ਮਿਹਨਤ ਕਰਦੇ ਨੇ ਤਾਂ ਇਸ ਸਾਲ ਮੇਰੇ ਖਿਆਲ ਜਿਹੜਾ ਬਹੁਤ ਸਾਰੀਆਂ ਗੇਮਾਂ ਵਿੱਚੋਂ ਚਾਹੇ ਉਹ ਤੀਰ ਅੰਦਾਜ਼ੀ ਹੈ ਯੋਗਾ ਹੈ ਫੁੱਟਬਾਲ ਹੈ ਵਾਲੀਬਾਲ ਹੈ ਬਾਕਸਿੰਗ ਹੈ ਸੌਫਟਬਾਲ ਅਤੇ ਤਕਰੀਬਨ 13 ਦੇ ਕਰੀਬ ਨੇ ਗੇਮ ਜਿਹਦੇ ਵਿੱਚੋਂ ਇਹ ਬੱਚੇ ਫਸਟ ਪਹਿਲੇ ਨੰਬਰ 'ਤੇ ਰਹੇ ਜਾਂ ਸੈਕਿੰਡ ਆਏ ਨੇ ਅਤੇ ਬਹੁਤ ਸਾਰੇ ਇਹਨਾਂ ਇਨਾਮ ਜਿਹੜੇ ਆ ਪ੍ਰਾਪਤ ਕੀਤੇ ਆ ਸਾਰੇ ਬੱਚੇ ਤਾਂ ਆ ਨਹੀਂ ਸਕੇ ਕਿਉਂਕਿ ਐਗਜ਼ਾਮ ਚੱਲਦੇ ਕਰਕੇ ਪਰ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਪ੍ਰਾਪਤੀ ਹੈ ਖਾਲਸਾ ਸਕੂਲ ਦੇ ਇਹਨਾਂ ਬੱਚਿਆਂ ਦੀ ਜਿਹਦੇ ਲਈ ਅਸੀਂ ਜਿੱਥੇ ਆਪਣੇ ਪ੍ਰਬੰਧਕਾਂ ਦਾ ਧੰਨਵਾਦ ਦੀ ਉੱਥੇ ਵਿਸ਼ੇਸ਼ ਕਰਕੇ ਜਿਹੜੇ ਸਾਡੇ ਇੰਚਾਰਜ ਨੇ ਸਮੁੱਚੇ ਸਪੋਰਟਸ ਦੇ ਜਾਂ ਜਿਹੜੇ ਕੋਚ ਸਾਹਿਬਾਨ ਨੇ ਜਾਂ ਜਿਹੜਾ ਵੀ ਸਾਡਾ ਸਰਕਾਰੀ ਤੰਤਰ ਇੱਥੇ ਜਿਹੜਾ ਮਦਦਗਾਰ ਹੁੰਦਾ ਤਾਂ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਸ਼ੁਭ ਇੱਛਾਵਾਂ ਔਰ ਇਹਨਾਂ ਦੀ ਮਿਹਨਤ ਦਾ ਸਦਕਾ ਇਹਨਾਂ ਬੱਚਿਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਰ ਸਾਲ ਬੱਚੇ ਜਿਹੜੇ ਆ ਉਹ ਸਟੇਟ ਲੈਵਲ 'ਤੇ ਨੈਸ਼ਨਲ ਲੈਵਲ 'ਤੇ ਪ੍ਰਾਪਤੀਆਂ ਕਰਦੇ ਆ ਤਾਂ ਇਹਦੇ ਲਈ ਇਹਨਾਂ ਸਾਰਿਆਂ ਨੂੰ ਮੁਬਾਰਕ ਹੈ ਔਰ ਇਹ ਖਾਲਸਾ ਸਕੂਲ ਦੀ ਵਿਸ਼ੇਸ਼ ਪ੍ਰਾਪਤੀ ਅਸੀਂ ਇੱਕ ਵਾਰੀ ਫਿਰ ਤੋਂ ਪ੍ਰਿੰਸੀਪਲ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਣੀ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਪੋਜੀਸ਼ਨਸ ਹਾਸਲ ਕੀਤੀਆਂ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਸਾਡੇ ਇੰਸਟੀਟਿਊਸ਼ਨਸ ਜਿਹੜੇ ਨੇ ਤੇ ਖਾਲਸਾ ਕਾਲਜ ਪਬਲਿਕ ਸਕੂਲ ਜਿਹੜਾ ਹੈ ਇਦਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਤੇ ਬੱਚੇ ਇਦਾਂ ਹੀ ਆਪਣੇ ਸਕੂਲ ਦਾ ਆਪਣੇ ਪੇਰੈਂਟਸ ਦਾ ਨਾਮ ਜਿਹੜਾ ਹੈ ਰੋਸ਼ਨ ਕਰਦੇ ਰਹਿਣ ਤੁਸੀਂ ਵੀ ਵੇਖਦੇ ਰਹੋ ਕੇਸੀਜੀਸੀ ਟੀਵੀ ਚੈਨਲ ਥੈਂਕ ਯੂ ਜੀ